ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਫੇਰ ਆਪਾਂ ਇੱਕ ਬਹੁਤ ਹੀ ਸੋਹਣਾ ਜਿਹਾ ਮਸ਼ੀਨਵਰਕ ਦਾ ਸੂਟ ਤੁਹਾਡੇ ਲਈ ਲੈ ਕੇ ਆਈਆਂ ਜੀ ਆਪਣੀਆਂ ਪਿਛਲੀਆਂ ਵੀਡੀਓਜ਼ ਨੂੰ ਤੁਸੀਂ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਆਪਾਂ ਤੁਹਾਡੇ ਲਈ ਡੇਲੀ ਨਵੇਂ ਤੋਂ ਨਵੀਂ ਕਲੈਕਸ਼ਨ ਲੈ ਕੇ ਆਉਂਦੇ ਰਹਿਣੇ ਆਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਉਹਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਰੋ ਜੀ ਚਲੋ ਜੀ ਕਰਦੇ ਆਂ ਸਟਾਰਟ ਇਹ ਸੂਟ ਆਪਾਂ ਵਰਕ ਕੀਤਾ ਜੀ ਮਸ਼ੀਨ ਵਰਕ ਦੇ ਵਿੱਚ ਜਿੱਦਾਂ ਤੁਸੀਂ ਦੇਖ ਰਹੇ ਹੋ ਇਹ ਆਪਾਂ ਫਰੰਟ ਲਾਇਆ ਫਰੰਟ ਹੈ ਸ਼ਰਟ ਦੀ ਫਰੰਟ ਆ ਇਹਦੇ ਵਿੱਚ ਆਪਾਂ ਇੱਕ ਸਾਈਡ ਤੇ ਇਦਾਂ ਲਾਈਨ ਬਣਾਈ ਹੋਈ ਹੈ ਜਿਹੜੀ ਇਹ ਵਾਲੀ ਲਾਈਨ ਤੁਸੀਂ ਇਹ ਵਾਲੀ ਲਾਈਨ ਜੋ ਤੁਸੀਂ ਦੇਖ ਰਹੇ ਹੋ ਇਹ ਆਪਾਂ ਸ਼ਰਟ ਦੇ ਫਰੰਟ ਤੇ ਉੱਪਰ ਤੱਕ ਪਾਈ ਆ ਜਿਹਦਾ ਇੱਕ ਕਲੀ ਵਾਂਗੂ ਤੁਸੀਂ ਕਹਿ ਸਕਦੇ ਹੋ ਰਾਈਟ ਸਾਈਡ ਤੇ ਆਏਗੀ ਇਹ ਸ਼ਰਟ ਦੇ ਔਰ ਇੱਕ ਫਲਾਵਰ ਆਪਾਂ ਇੱਥੇ ਪਾਇਆ ਜਿਹੜਾ ਕਿ ਚਾਕ ਤੋਂ ਉੱਪਰ ਹਿੱਪ ਦੇ ਕੋਲ ਆਏਗਾ ਔਰ ਉਸ ਤੋਂ ਬਾਅਦ ਇੱਕ ਫਲਾਵਰ ਆਪਾਂ ਇਹਦੇ نیچے ਪਾਇਆ ਇਹ ਵਾਲਾ ਇਥੋਂ ਆਪਾਂ ਘੇਰਾ ਫੋਲਡਿੰਗ ਕਰ ਦਾਂਗੇ ਬਹੁਤ ਹੀ ਸੋਹਣਾ ਸੂਟ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਆਪਾਂ ਸਾਈਡ ਤੇ ਤੁਹਾਨੂੰ ਇਹਦੀ ਰੈਫਰੈਂਸ ਪਿਕ ਵੀ ਐਡ ਕੀਤੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਕੀ ਬਨਣ ਤੋਂ ਬਾਅਦ ਸੂਟ ਦੀ ਲੁੱਕ ਕਿੱਦਾਂ ਦੀ ਆਏਗੀ ਇਹ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਡਬਲ ਸ਼ੇਡ ਦੇ ਵਿੱਚ ਆਪਾਂ ਇਹਦੇ ਫਲਾవర్ ਪਾਏ ਹੋਇਆ ਔਰ ਇਹਦੀ ਜਿਹੜੀ ਪੱਤੀਆਂ ਨੇ ਉਹਦੇ ਵਿੱਚ ਵੀ ਆਪਾਂ ਡਬਲ ਸ਼ੈਡਿੰਗ ਕੀਤੀ ਹੋਈ ਆ ਬਹੁਤ ਹੀ ਫਾਈਨ ਫੈਬਰਿਕ ਆ ਔਰ ਬਹੁਤ ਹੀ ਬ੍ਰੀਕ ਦਾ ਕੰਮ ਕੀਤਾ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਨੀਟ ਐਂਡ ਕਲੀਨ ਵਰਕ ਆ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਔਰ ਕਲਰ ਕੰਟਰਾਸਟ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਡੰਗ ਨਾਲ ਆਪਾਂ ਇਹਦੇ ਵਿੱਚ ਕਲਰ ਯੂਜ਼ ਕੀਤੇ ਹੋਇਆ ਦੁਪੱਟਾ ਇਹਦੇ ਨਾਲ ਦੋ ਸ਼ੇਡ ਦਾ ਤੁਸੀਂ ਕਰਵਾ ਸਕਦੇ ਹੋ ਟ੍ਰਿਪਲ ਸ਼ੇਡ ਦਾ ਵੀ ਕਰਵਾ ਸਕਦੇ ਹੋ ਜਿੱਦਾਂ ਰਾਇਲ ਬਲੂ ਹੋ ਗਿਆ ਪਿੰਕ ਔਰ ਮਜੈਂਟਾ ਹੋ ਗਿਆ ਔਰ ਦੂਸਰਾ ਇੱਕ ਪੈਰਟ ਸ਼ੇਡ ਇਹਦੇ ਵਿੱਚ ਆਪਾਂ ਯੂਜ਼ ਕੀਤਾ ਪੱਤੀਆਂ ਦਾ ਉਹ ਵੀ ਤੁਸੀਂ ਦੁਪੱਟੇ ਦੇ ਵਿੱਚ ਯੂਜ਼ ਕਰਾ ਸਕਦੇ ਹੋ ਜਿਹਦੇ ਨਾਲ ਕਿ ਸੂਰ ਦੀ ਲੁੱਕ ਜਿਹੜੀ ਆ ਉਹ ਹੋਰ ਵੀ ਸੋਹਣੀ ਆ ਹੋਏਗੀ ਇਹ ਆਪਾਂ ਫਰੰਟ ਦੇ ਵਿੱਚ ਹੈਗਾ ਇਹ ਵਰਕ ਉਹ ਤੁਸੀਂ ਦੇਖ ਲਿਆ ਉਸ ਤੋਂ ਬਾਅਦ ਆਪਾਂ ਇਹਦੀ ਬਾਜੂ ਵੀ ਰੈਡੀ ਕੀਤੀ ਹੈ ਜੀ ਬਾਜੂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਦਾਂ ਇਹ ਵਾਲਾ ਇਹਦੀ ਬਾਜੂ ਦਾ ਵਰਕ ਹੈ ਇਹ ਨੇਚਰਲ ਕ੍ਰੀਮ ਦਾ ਸੂਟ ਹੈ ਜੀ ਸੌਰੀ ਮੈਂ ਪਹਿਲਾਂ ਦੱਸਣਾ ਭੁੱਲ ਗਈ ਨੇਚਰਲ ਕ੍ਰੀਮ ਦਾ ਸੂਟ ਹੈ ਹੈ 올ਓਵਰ ਸੂਟ ਹੈ ਔਰ ਇਹ ਵਾਲੀ ਦੀ ਬਾਜੂ ਦੇ ਉੱਪਰ ਫਲਾਵਰ ਪਏਗਾ ਉਹ ਤੁਸੀਂ ਦੇਖ ਸਕਦੇ ਹੋ ਬਾਜੂ ਤੇ ਇੱਕ ਇੱਕ ਫਲਾਵਰਾ ਕੋਈ ਕੱਟਵਰਕ ਨਹੀਂ ਹੈਗਾ ਇਹਦੇ ਬਟ ਅਗਰ ਤੁਸੀਂ ਇਦਾਂ ਕੱਟਵਰਕ ਪਵਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਪਵਾ ਸਕਦੇ ਹੋ ਅਗਰ ਤੁਸੀਂ ਇਹਦੇ ਵਿੱਚ ਕਲਰ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਜਾਂ ਫੈਬਰਿਕ ਨੂੰ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਪ੍ਰਾਈਸ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਇਸ ਕਰਕੇ ਨਹੀਂ ਦੱਸਦੇ ਜੀ ਕਿਉਂਕਿ ਹਰੇਕ ਕਸਟਮਰ ਦੀ ਆਪਣੀ ਆਪਣੀ ਡਿਮਾਂਡ ਹੁੰਦੀ ਆ ਫੈਬਰਿਕ ਦੀ ਚੋਆਇਸ ਉਹਨਾਂ ਦੀ ਆਪਣੀ ਹੁੰਦੀ ਆ ਵਰਕ ਨੂੰ ਘਟ ਵੱਧ ਕਰਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਕਰਵਾ ਸਕਦੇ ਹੋ ਸੋ ਉਹਦੇ ਲਈ ਪ੍ਰਾਈਸ ਦੇ ਲਈ ਤੁਸੀਂ ਸਾਨੂੰ WhatsApp ਮੈਸੇਜ ਕਰ ਦਿਆ ਕਰੋ ਆਪਾਂ ਤੁਹਾਨੂੰ ਉਹਦੇ ਤੇ ਉਸੇ ਟਾਈਮ ਹੀ ਪ੍ਰਾਈਸ ਮੈਂਸ਼ਨ ਕਰ ਦਿਆ ਕਰਾਂਗੀ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਆਪਣੀ ਪਸੰਦ ਦੇ ਫੈਬਰਿਕ ਤੇ ਆਪਣੀ ਪਸੰਦ ਦੇ ਕਲਰ ਦੇ ਵਿੱਚ ਸੋ ਆਰਡਰ ਦੇ ਲਈ ਵਟਸਐਪ ਕਰੋ ਜੀ ਉੱਪਰ ਦਿੱਤੇ ਨੰਬਰ ਤੇ ਵਿਥਿਨ ਵੀਕ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇ ਦਾਂਗੇ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਚ ਨਵੇਂ ਸੂਟਾਂ ਦੇ 컬렉ਸ਼ਨ ਦੇ ਨਾਲ ਥੈਂਕ ਯੂ